गड्डी लवे खड़े हो मुंडे आए पिछों उन्होंने हमला उन्होंने पहला तलवार मारी सर ते मैं भज के इधर जिहड़े जो आपां एंट्री करते हैं उत्थे आ के मैं डिग गया उत्थे आ के तलवारां मारी ठीक है दसवीं च पढ़ता जवाक ही तो उन्होंने हत्थापाई हुई जवाक नूं कुट्टिया ते उहदे सिर च कड़े मार के घरों खुछर खोलता थी उन्होंने गलबात करन लगे उन्होंने खापरा कट के मेरे हत्थ ते मारिया तो टाके लवा के डॉक्टर इन्हों बारे भेजता इन्हों के पिछों आके उ बंदियां ने पिछों दी आके इन्हें हमला करता कृपाना मारिया खापरे मारे उन्होंने लत्त ते मारी घुटूही ते मारी सिर पाड़ते दोहे लड़ाई थी जी ठीक है दसवीं च पढ़ता जवाक ही तो उन्होंने हत्थापाई हुई जवाक नूं कुट्टिया ते उहदे सिर च कड़े मार के घरों खुछर खोलता थी ठीक है जी अज फिर उन्होंने दोबारों घेर लिया उन्होंने असी गए उत्थे उन्होंने गलबात करन लगे उन्होंने खापरा कट के मेरे हत्थ ते मारिया करणवीर उन्हें लक्की उन्हें ये मैनू लैन आए हस्पताल च टांके लवाउण आए तो टांके लवा के डॉक्टर इन्हों बारे भेजता इन्हों पिछों आके उ बंदियां ने पिछों दी आके इन्हें हमला करता कृपाना मारिया खापरे मारे उन्होंने लत्त ते मारी घुटूही ते मारी सिर पाड़ते दोहे लड़ाई ये एक का नाम मुंडे का नाम बादशाह कहते हैं मुंडे का माजरी का एक सैमी आ एक लावली भाऊ आ ਇਹ ਤਿੰਨੇ ਨੇ ਇਹਨਾਂ ਤਿੰਨਾਂ ਦੀ ਗੈਂਗ ਆ ਗਈ ਇੱਥੇ ਡਰ ਨਹੀਂ ਸਰੇਆਮ ਜਿਸ ਤਰ੍ਹਾਂ ਸਰੇਆਮ ਹੀ ਹਾਂ ਜੀ ਜਾਂ ਐਮਰਜੈਂਸੀ ਵਾਲੇ ਵੀ ਬੈਠੇ ਤੀ ਬਸ ਜਦੋਂ ਕੁੱਟ ਕੱਟ ਕੇ ਜਦੀ ਭੱਜ ਗਈ ਉਹ ਨਾਲ ਦੀ ਨਾਲ ਐਮਰਜੈਂਸੀ ਮੂਹਰੇ ਕੁੱਟੇ ਗਏ ਨੇ ਨਾਲ ਜਿਹੜੀ ਲੜਾਈ ਪਈ ਸੀ ਜੀ ਮੈਂ ਉਹਦੇ ਟਾਂਕੇ ਲਵਾਉਣ ਆਇਆ ਟਾਂਕੇ ਲਵਾਉਣ ਮੈਂ ਅਸੀਂ ਡਾਕਟਰ ਕਹਿੰਦੇ ਤੁਸੀਂ ਡਾਕਟਰ ਕਹਿੰਦੇ ਬਾਹਰ ਵਗ ਜਾਓ ਅਸੀਂ ਬਾਹਰ ਗਏ ਕੁਰਸੀਆਂ 'ਤੇ ਬੈਠੇ ਬੈਠੇ ਬਾਹਰ ਲੰਘ ਗਏ ਗੱਡੀ ਲਵੇ ਖੜ੍ਹੇ ਉਹ ਮੁੰਡੇ ਆਏ ਪਿੱਛੋਂ ਉਹਨੇ ਹਮਲਾ ਉਹਨਾਂ ਨੇ ਪਹਿਲਾਂ ਤਲਵਾਰ ਮਾਰੀ ਸਿਰ 'ਤੇ ਮੈਂ ਭੱਜ ਕੇ ਇੱਧਰ ਜਿਹੜੇ ਜੋ ਆਪਾਂ ਐਂਟਰੀ ਕਰਦੇ ਹਾਂ ਉੱਥੇ ਆ ਕੇ ਮੈਂ ਡਿੱਗ ਗਿਆ ਉੱਥੇ ਆ ਕੇ ਤਲਵਾਰਾਂ ਮਾਰੀਆਂ ਸਿਵਲ ਹਸਪਤਾਲ ਦੇ ਵਿੱਚ ਇੱਕ ਲੜਾਈ ਹੋਈ ਹੈ ਕਿਰਪਾਨਾਂ ਚੱਲੀਆਂ ਨੇ ਸਰੇਆਮ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਸੀਂ ਜੋ ਵਿਅਕਤੀ ਸਾਨੂੰ ਇੱਕ ਹੋਸਪਿਟਲ ਤੋਂ ਤਲਾਹ ਮਿਲੀ ਸੀ ਜਿਸ ਤਹਿਤ ਅਸੀਂ ਉਹਨਾਂ ਦੇ ਬਿਆਨ ਲਿਖ ਕੇ ਮੁਕੱਦਮਾ ਦਰਜ ਕਰ ਰਹੇ ਹਾਂ ਅਤੇ ਅਗਲੀ ਤਫਤੀਸ਼ ਅਮਲ 'ਚ ਲਿਆ ਰਹੇ ਹਾਂ ਲੜਾਈ ਤੀ ਜੀ ਠੀਕ ਹੈ ਦਸਵੀਂ 'ਚ ਪੜ੍ਹਦਾ ਜਵਾਕ ਸੀ ਅਤੇ ਉਹਨਾਂ ਨਾਲ ਹੱਥਾਪਾਈ ਹੋਈ ਜਵਾਕ ਨੂੰ ਕੁੱਟਿਆ ਅਤੇ ਉਹਦੇ ਸਿਰ 'ਚ ਕੜੇ ਮਾਰ ਕੇ ਘਰੋਂ ਖੁਛਰ ਖੋਲਤਾ ਤੀ ਠੀਕ ਹੈ ਜੀ ਅੱਜ ਫਿਰ ਉਹਨਾਂ ਨੇ ਦੁਬਾਰਾ ਘੇਰ ਲਿਆ ਉਹਨਾਂ ਨੂੰ ਅਸੀਂ ਗਏ ਉੱਥੇ ਉਹਨਾਂ ਨਾਲ ਗੱਲਬਾਤ ਕਰਨ ਲੱਗੇ ਉਹਨਾਂ ਨੇ ਖਾਪਰਾ ਕੱਢ ਕੇ ਮੇਰੇ ਹੱਥ 'ਤੇ ਮਾਰਿਆ ਕਰਨਵੀਰ ਉਹਨੀ ਲੱਕੀ ਉਹਨੀ ਇਹ ਮੈਨੂੰ ਲੈਣ ਆਏ ਹਸਪਤਾਲ 'ਚ ਟਾਂਕੇ ਲਵਾਉਣ ਆਏ ਅਤੇ ਟਾਂਕੇ ਲਵਾ ਕੇ ਡਾਕਟਰ ਇਹਨਾਂ ਨੂੰ ਬਾਹਰੇ ਭੇਜਤਾ ਇਹਨਾਂ ਦੇ ਪਿੱਛੋਂ ਆ ਕੇ ਉਹੀ ਬੰਦਿਆਂ ਨੇ ਪਿੱਛੋਂ ਦੀ ਆ ਕੇ ਇਹਨਾਂ 'ਤੇ ਹਮਲਾ ਕਰਤਾ ਕਿਰਪਾਨਾਂ ਮਾਰੀਆ ਖਾਪਰੇ ਮਾਰੇ ਉਹਨਾਂ ਦੇ ਲੱਤ 'ਤੇ ਮਾਰੀ ਘੁੱਟੂਹੀ 'ਤੇ ਮਾਰੀ ਸਿਰ ਪਾੜਤੇ ਦੋਹੇ ਕਿਹਨਾਂ ਨਾਲ ਲੜਾਈ ਹੋਈ ਤੁਹਾਡੀ ਇਹ ਇੱਕ ਦਾ ਨਾਮ ਮੁੰਡੇ ਦਾ ਨਾਮ ਬਾਦਸ਼ਾਹ ਕਹਿੰਦੇ ਨੇ ਮੁੰਡੇ ਦਾ ਮਾਜਰੀ ਦਾ ਇੱਕ ਸੈਮੀ ਆ ਇੱਕ ਲਾਵਲੀ ਭਾਊ ਆ ਇਹ ਤਿੰਨੇ ਨੇ ਇਹਨਾਂ ਤਿੰਨਾਂ ਦੀ ਗੈਂਗ ਆ ਗਈ ਇੱਥੇ ਡਰ ਨਹੀਂ ਸਰੇਆਮ ਜਿਸ ਤਰ੍ਹਾਂ ਸਰੇਆਮ ਹੀ ਹਾਂ ਜੀ ਜਾਂ ਐਮਰਜੈਂਸੀ ਵਾਲੇ ਵੀ ਬੈਠੇ ਤੀ ਬਸ ਜਦੋਂ ਕੁੱਟ ਕੱਟ ਕੇ ਜਦੀ ਭੱਜ ਗਈ ਉਹ ਨਾਲ ਦੀ ਨਾਲ ਐਮਰਜੈਂਸੀ ਮੂਹਰੇ ਕੁੱਟੇ ਗਏ ਨੇ ਨਾਲ ਜਿਹੜੀ ਲੜਾਈ ਪਈ ਸੀ ਜੀ ਮੈਂ ਉਹਦੇ ਟਾਂਕੇ ਲਵਾਉਣ ਆਇਆ ਟਾਂਕੇ ਲਵਾਉਣ ਮੈਂ ਅਸੀਂ ਡਾਕਟਰ ਕਹਿੰਦੇ ਤੁਸੀਂ ਡਾਕਟਰ ਕਹਿੰਦੇ ਬਾਹਰ ਵਗ ਜਾਓ ਅਸੀਂ ਬਾਹਰ ਗਏ ਕੁਰਸੀਆਂ 'ਤੇ ਬੈਠੇ ਬੈਠੇ ਬਾਹਰ ਲੰਘ ਗਏ ਗੱਡੀ ਲਵੇ ਖੜ੍ਹੇ ਉਹ ਮੁੰਡੇ ਆਏ ਪਿੱਛੋਂ ਉਹਨੇ ਹਮਲਾ ਉਹਨਾਂ ਨੇ ਪਹਿਲਾਂ ਤਲਵਾਰ ਮਾਰੀ ਸਿਰ 'ਤੇ ਮੈਂ ਭੱਜ ਕੇ ਇੱਧਰ ਜਿਹੜੇ ਜੋ ਆਪਾਂ ਐਂਟਰੀ ਕਰਦੇ ਹਾਂ ਉੱਥੇ ਆ ਕੇ ਮੈਂ ਡਿੱਗ ਗਿਆ ਉੱਥੇ ਆ ਕੇ ਤਲਵਾਰਾਂ ਮਾਰੀਆਂ ਸਿਵਲ ਹਸਪਤਾਲ ਦੇ ਵਿੱਚ ਇੱਕ ਲੜਾਈ ਹੋਈ ਹੈ ਕਿਰਪਾਨਾਂ ਚੱਲੀਆਂ ਨੇ ਸਰੇਆਮ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਸੀਂ ਜੋ ਵਿਅਕਤੀ ਸਾਨੂੰ ਇੱਕ ਹੋਸਪਿਟਲ ਤੋਂ ਤਲਾਹ ਮਿਲੀ ਸੀ ਜਿਸ ਤਹਿਤ ਅਸੀਂ ਉਹਨਾਂ ਦੇ ਬਿਆਨ ਲਿਖ ਕੇ ਮੁਕੱਦਮਾ ਦਰਜ ਕਰ ਰਹੇ ਹਾਂ ਅਤੇ ਅਗਲੀ ਤਫਤੀਸ਼ ਅਮਲ 'ਚ ਲਿਆ ਰਹੇ ਹਾਂ ਰੋਂਦੇ ਹੋਏ ਆਓਗੇ ਤੇ ਹੱਸਦੇ ਹੋਏ ਜਾਓਗੇ ਖੋਇਆ ਪਿਆਰ ਵਾਪਸ ਪਾਓ 24 ਘੰਟੇ ਦੇ ਅੰਦਰ ਹਰ ਸਮੱਸਿਆ ਦਾ ਸਮਾਧਾਨ 101% ਗਾਰੰਟੀ ਦੇ ਨਾਲ ਪੰਡਿਤ ਸੇਵਾ ਰਾਮ ਜੀ 98785-53799 ਪਰੇਸ਼ਾਨੀ ਜਿਵੇਂ ਲਵ ਮੈਰਿਜ ਮਨਚਾਹ ਪਿਆਰ ਪਿਆਰ ਵਿੱਚ ਧੋਖਾ ਵਿਆਹ ਵਿੱਚ ਦੇਰੀ ਪਤੀ ਪਤਨੀ ਵਿੱਚ ਅਣਬਣ ਵਸ਼ੀਕਰਨ ਕੀਤਾ ਕਰਾਇਆ ਘਰ ਕਲੇਸ਼ ਵਿਦੇਸ਼ ਯਾਤਰਾ ਬਿਮਾਰੀ ਵਿੱਚ ਦਵਾ ਦਾ ਨਾ ਲੱਗਣਾ ਮੈਂ ਤੁਹਾਡਾ ਪਿਆਰ ਟੁੱਟਾ ਨਹੀਂ ਦੇਵਾਂਗਾ ਹੁਣੇ ਕਾਲ ਕਰੋ 98785-53799